ਇਰਾਕ ਦੇ ਮਸੂਲ ਵਿੱਚ ਮਾਰੇ ਗਏ ਭਾਰਤੀ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਇੰਤਜ਼ਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਇੰਤਜ਼ਾਰ ਸੀ ਅਤੇ ਹੁਣ ਉਹਨਾਂ ਦੇ ਮ੍ਰਿਤਕ ਅਵਸ਼ੇਸ਼ਾਂ ਦਾ ਇੰਤਜ਼ਾਰ ਖਤਮ ਹੋ ਨਹੀਂ ਹੋ ਰਿਹਾ। ਇਰਾਕ ਵਿੱਚ ਮਾਰੇ ਗਏ ਭਾਰਤੀਆਂ ਵਿੱਚੋਂ ਸੋਨੂੰ, ਹਰਸਿਮਰਨ ਅਤੇ ਨਿਸ਼ਾਨ ਸਿੰਘ ਦੇ ਪਰਿਵਾਰ ਦਾ ਇੰਤਜ਼ਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਰਿਵਾਰ ਹੁਣ ਆਪਣੇ ਬੱਚਿਆਂ ਦੇ ਅਵਸ਼ੇਸ਼ਾਂ ਦੇ ਇੰਤਜ਼ਾਰ ਵਿੱਚ ਹਨ ਕਿ ਕਦੋਂ ਆਖਿਰ ਵਾਰ ਉਹ ਆਪਣੇ ਬੱਚਿਆਂ ਨੂੰ ਦੇਖ ਸਕਣਗੇ। ਉਹਨਾਂ ਅਨੁਸਾਰ ਹੁਣ ਉਹਨਾਂ ਦਾ ਕੇਂਦਰ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ। ਉਹਨਾਂ ਦਾ ਵਿਸ਼ਵਾਸ ਨਹੀਂ ਦਿਆ ਗਿਆ, ਡੈਡ ਬੋਡੀ ਜਿਹੜੀ ਅੰਦੇ ਹਫ਼ਤੇ ਨੂੰ ਆਊਗੀ ਅਤੇ ਬਾਕੀ ਜੋ ਤੁਹਾਡਾ ਜੋ ਤੁਸੀਂ ਮੰਗ ਰੱਖੀਆਂ ਉਹ ਤੁਹਾਡੀਆਂ ਮੰਗਾਂ ਜ਼ਰੂਰ ਪੂਰੀਆਂ ਕਰਾਂਗੇ ਕਿ ਤੁਹਾਡਾ ਹੱਕ ਆ ਇਹ ਕਿ ਇਸ ਤਰ੍ਹਾਂ ਉਸ ਤਰ੍ਹਾਂ ਨਹੀਂ ਹੋਏ ਅਤੇ ਅੱਤਵਾਦ ਦੇ ਹੱਥੋਂ ਇਸ ਤਰ੍ਹਾਂ ਹੋਇਆ ਅਤੇ ਤੁਹਾਡੀਆਂ ਮੰਗਾਂ ਜ਼ਰੂਰ ਪੂਰੀਆਂ ਕਰਾਂਗੇ। ਅਤੇ ਸਾਡਾ ਇੰਤਜ਼ਾਰ ਤਾਂ ਸਰ ਉਹ ਛੇਤੀ ਖਤਮ ਕਰਨਾ ਚਾਹੀਦਾ ਸੀ, ਇਹ ਆਪਣੀਆਂ ਹੀ ਇਲੈਕਸ਼ਨਾਂ ਲੜ ਰਹੇ ਆ ਅਤੇ ਸਾਡਾ ਧਿਆਨ ਘੱਟ ਦੇ ਰਹੇ ਆ। ਸਾਡਾ ਇੰਤਜ਼ਾਰ ਉਦੋਂ ਤੱਕ ਖਤਮ ਹੋਊਗਾ ਕਿ ਜਦੋਂ ਤੱਕ ਸਾਡੇ ਘਰ ਨਹੀਂ ਆ ਸਕਦੀਆਂ ਡੈਡ ਬੋਡੀਆਂ। ਮੈਡਮ ਦਾ ਗਾੜੀ ਅਪੀਲ ਆ ਕਿ ਛੇਤੀ ਤੋਂ ਛੇਤੀ ਸਾਡੇ ਘਰਾਂ 'ਚ ਦਿੱਤੀਆਂ ਜਾਣ। ਇਹਨਾਂ ਪਰਿਵਾਰਾਂ ਦੇ ਅਨੁਸਾਰ ਉਹਨਾਂ ਨੂੰ ਹੁਣ ਪਤਾ ਚੱਲ ਚੁੱਕਿਆ ਹੈ ਕਿ ਰਾਜਨੀਤਿਕ ਲੋਕ ਆਪਣੇ ਫਾਇਦੇ ਦੇ ਲਈ ਹੀ ਕੰਮ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸੁਸ਼ਮਾ ਸਵਰਾਜ ਹੁਣ ਚੋਣਾਂ ਵਿੱਚ ਵਿਅਸਤ ਹੋ ਚੁੱਕੇ ਹਨ, ਜਦੋਂ ਕਿ ਸੁਸ਼ਮਾ ਸਵਰਾਜ ਨੂੰ ਚਾਹੀਦਾ ਸੀ ਕਿ ਪਹਿਲਾਂ ਉਹ ਉਹਨਾਂ ਪਰਿਵਾਰਾਂ ਦੀ ਮਦਦ ਕਰਨ, ਲੇਕਿਨ ਉਹਨਾਂ ਨੇ ਰਾਜਨੀਤਿਕ ਨੂੰ ਪਹਿਲ ਦਿੱਤੀ। ਉਹਨਾਂ ਅਨੁਸਾਰ ਉਹਨਾਂ ਦਾ ਇਹ ਇੰਤਜ਼ਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉਹਨਾਂ ਨੂੰ ਤਾਂ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸ਼ਾਇਦ ਇਹ ਇੰਤਜ਼ਾਰ ਕਦੀ ਖਤਮ ਹੀ ਨਹੀਂ ਹੋਵੇਗਾ। ਮੈਂ ਅਭੀ ਵੀ ਵਿਸ਼ਵਾਸ ਨਹੀਂ ਹੈ, ਹਮੇ ਅਭੀ ਵੀ ਜੇ ਲਗਤਾ ਹੈ ਅਗਰ ਕੰਪਨੀ ਕੇ ਮਾਲਿਕ ਔਰ ਮੈਨੇਜਰ ਕੋ ਉਠਾਇਆ ਜਾਏ ਤੋ ਵੋ ਬੋਲ ਸਕਤੇ ਹੈ ਹਮਾਰੇ ਜੋ ਵੀ ਭਾਈ ਫਸੇ ਵੋ ਕਹਾਂ ਹੈ ਹਮਾਰੇ ਦਿਲ ਕਾ ਜੀ ਵਹਿਮ ਹੈ। ਅਭੀ ਤੱਕ ਹਮੇ ਜੇ ਪੂਰਾ ਜੋ ਵੀ ਕੀਆ ਹੈ ਮੈਮ ਨੇ ਇਸ ਪਰ ਪੂਰਾ ਟਰਸਟ ਨਹੀਂ ਹੈ। ਹਮਾਰੇ ਦਿਲ ਕੀ ਬਾਤ ਜੇ ਬੋਲਤੀ ਹੈ ਕਿ ਮਤਲਬ ਅਭੀ ਵੀ ਜੇ ਜਾਂ ਕੰਪਨੀ ਕੇ ਮੈਨੇਜਰ ਜੋ ਵੀ ਮੈਨੇਜਰ ਥਾ ਵਹਾਂ ਕਾ ਅਗਰ ਵੋ ਉਹਨਾਂ ਕੁਛ ਕਰਨਾ ਹੋਤਾ ਤੋ ਵਹੀਂ ਕੰਪਨੀ ਪਰ ਕਿਆ ਉਨਕੇ ਹੱਥ ਫੜੇ ਹੋਏ ਥੇ ਉਨਕੋ ਕਿਉਂ ਉਠਾਤੇ ਵਹਾਂ ਸੇ। ਫਿਰ 2016 ਤੱਕ ਦੋ ਸਾਲੋਂ ਮੈਂ ਤਾਂ ਬਹੁਤ 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 ਟਰਸਟ ਆ ਜਾਤਾ ਵੀ ਜੇ ਆਦਮੀ ਐਸਾ ਕੁਛ ਨਹੀਂ ਕਰੇਂਗੇ। ਫਿਰ ਦੋ ਸਾਲ ਕੇ ਬਾਅਦ ਐਸਾ ਕਿਆ ਹੋਗਾ ਜੋ ਉਹਨੇ ਐਸਾ ਕਦਮ ਉਠਾਇਆ। ਆਸ਼ਵਾਸਨ ਤੋ ਹਮੇ ਤੋ ਐਸੇ ਲਗਤਾ ਜੈਸੇ ਜੇ ਕੋਈ ਮਨਗੜਤ ਕਹਾਣੀ ਬਣਾਈ ਗਈ ਹੈ ਬਸ ਔਰ ਕੁਛ ਨਹੀਂ। ਲਗਤਾ ਤੋ ਐਸਾ ਹੀ ਹੈ ਜੈਸੇ ਪੋਲੀਟੀਸ਼ਨ ਆਪਣਾ ਆਪ ਹੀ ਮਤਲਬ ਉਨਕੇ ਲਈ ਮੁੱਖ ਹੈ, ਜਨਤਾ ਤੋਂ ਕੁਛ ਹੈ ਨਹੀਂ ਉਨਕੇ ਬਾਰੇ ਮੇਂ। ਠੀਕ ਹੈ, ਉਨਕੇ ਮਤਲਬ ਜੋ ਵੀ ਮਿਨਿਸਟਰ ਲੋਕ ਹੋਤੇ ਹੈ ਆਪਣਾ ਹੀ ਸੋਚਤੇ ਹੈ, ਜਨਤਾ ਕਾ ਤੋ ਕੁਛ ਸੋਚਤੇ ਨਹੀਂ। ਅਗਰ ਸੋਚਾ ਹੋਤਾ ਤੋ ਐਸੇ ਬਿਆਨ ਨਹੀਂ ਦੇਤੀ ਰਾਜ ਸਭਾ ਮੇਂ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।